ਬਹੁਤ ਘੱਟ ਸਾਡੇ ਜਿਹੜੇ ਪੇਂਟਰ ਨੇ ਉਹਨਾਂ ਨੇ ਫਿਗਰ ਪੇਂਟ ਕੀਤੀ ਹੈ, ਕੀ ਵਜ੍ਹਾ ਹੈ? ਉਹਨਾਂ ਜੀ ਬਸ ਮੇਰਾ ਖਿਆਲ ਹੈ ਉਹਨਾਂ ਦੀ ਆਪਣੀ ਹੈਗੀ ਹੈ ਇੱਕ, ਦੇਖੋ ਨਾ ਜੀ ਇਹਨੂੰ ਕਰਨਾ ਕੋਈ ਆਸਾਨ ਕੰਮ ਤਾਂ ਨਹੀਂ ਹੈਗਾ, ਕਿ ਗਲਤੀਆਂ ਵੀ ਨਿਕਲਦੀਆਂ ਨੇ, ਐਬਸਟ੍ਰੈਕਟ ਕੋਈ ਗਲਤੀ ਨਹੀਂ ਨਿਕਲ ਸਕਦੀ, ਤੁਸੀਂ ਦੋ ਰੰਗ ਲਾ ਦਿਓ ਜੀ, ਇਹ ਕਰਾਚੀ ਵਾਇਲੈਂਸ ਹੈਗਾ, ਲਾਲ ਰੰਗ ਲਾ ਦਿਓ ਜੀ, ਇਹ ਸ਼ਾਦੀ ਹੈ, ਉਹ ਚੈਲੇਂਜ ਨਹੀਂ ਹੈਗਾ, ਠੀਕ ਹੈ? ਤੁਸੀਂ ਤੁਸੀਂ ਇਹ ਕਰੋਗੇ, ਤੁਹਾਡੇ ਇੱਕ ਮਿਆਰ ਬਣਿਆ ਹੈ, ਪੋਰਟਰੇਟ ਦਾ ਬਣਿਆ, ਫਿਗਰ ਦਾ ਬਣਿਆ, ਕਿਆ ਓਲਡ ਮਾਸਟਰ ਰੈਨੇਸਾਂਸ ਨੇ ਕੀਤਾ ਹੈ, ਹੁਣ ਅਗਰ ਮੇਰੀ ਥੋੜ੍ਹੀ ਅੱਖ ਖਰਾਬ ਉੱਚੀ ਚੀ ਹੋਗੀ, ਤੁਸੀਂ ਨੁਕਸ ਫੌਰਨ ਕੱਢੋਗੇ, ਇਹ ਕੀ ਹੈਗਾ, ਉਹਦੇ 'ਚ ਤੁਸੀਂ ਕੁਛ ਨਹੀਂ ਕਰ ਸਕਦੇ ਹੈਗੇ, ਬਸ ਇਸ ਕਰਕੇ ਉਹਨਾਂ ਕੋਲ ਡਿਮੋਰਲਾਈਜ਼ ਹੋ ਜਾਂਦਾ, ਯਾਰ ਵਿਕਦਾ ਨਹੀਂ ਹੈਗਾ, ਇਹ ਵੀ ਨਹੀਂ ਹੋ ਰਿਹਾ, ਲੇਕਿਨ ਮੇਰਾ ਖਿਆਲ ਇੱਕ ਟਾਈਮ ਲੱਗਦਾ, ਅਗਰ ਸੱਚਾਈ ਇਮਾਨਦਾਰੀ ਨਾਲ ਬੰਦਾ ਲੱਗਾ ਰਹੇ, ਕੋਈ 40 ਕੁ ਸਾਲ ਲੱਗਦੇ ਨੇ, ਬੰਦਾ ਇੱਕੋ ਹੀ ਲੱਗਾ ਰਹੇ ਤਾਂ ਫੇਰ ਹੁੰਦਾ ਜਾ ਕੇ। ਤੁਸੀਂ ਜਿਹੜਾ ਪੁਰਾਣਾ ਮਿਊਜ਼ ਸਕੂਲ ਆਫ ਆਰਟ ਸੀ, ਜਿਹਦਾ ਨਾਮ ਨੈਸ਼ਨਲ ਕਾਲਜ ਆਫ ਆਰਟ ਸੀ, ਉਹਦੇ ਵਿੱਚ ਪੜ੍ਹਾਉਂਦੇ ਰਹੇ ਹੋ, ਉਹ ਕਿਸ ਤਰ੍ਹਾਂ ਦਾ ਤੁਹਾਡਾ ਤਜਰਬਾ ਸੀ, ਕਿੰਨੇ ਦੇਰ ਪੜ੍ਹਾਉਂਦੇ ਰਹੇ? ਤਜਰਬਾ ਸੀ ਮੇਰਾ ਬਹੁਤ ਹੀ ਬੁਰਾ ਤਜਰਬਾ ਸੀ, ਔਰ ਮੈਨੇ ਲੋਕਾਂ ਨੇ ਮੈਨੂੰ ਇਹੋ ਜਿਹੇ ਮੇਰੇ ਕੋਲ ਕੰਮ ਲੈਂਦੇ ਸਨ, ਮੈਂ ਚੁੱਪ ਜਿਹਾ ਬੰਦਾ ਸਾਂ ਆਪਣੇ ਕੰਮ ਦਾ, ਮਤਲਬ ਮੇਰੇ ਇੱਕ ਟੀਚਰ ਸਨ ਬਸ, ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਮੇਰੀ ਜ਼ਿੰਦਗੀ 'ਚ, ਉਹਨਾਂ ਦੀ ਇੱਕ ਬਣਾਉਣ ਦੀ ਖਾਲਦ, ਪ੍ਰੋਫੈਸਰ ਖਾਲਦ ਇਕਬਾਲ ਸਾਹਿਬ ਸਨ, ਉਹਨਾਂ ਕੋਲੋਂ ਬੜਾ ਕੁਝ ਸਿੱਖਿਆ ਮੈਂ, ਲੇਕਿਨ ਉਹ ਮੁਖਤਲਿਫ ਉਹ ਲੈਂਡਸਕੇਪ ਪੇਂਟਰ ਸਨ, ਠੀਕ ਹੈ, ਮੈਂ ਫਿਗਰ ਲੈ ਆ ਗਿਆ, ਲੇਕਿਨ ਮੇਰੇ ਕੋਲ ਕੰਮ ਲੈਣੇ ਜਾ ਕੇ ਜਾਂ ਸਵੇਰ ਨੂੰ ਆਉਣਾ, ਇਹ ਜ਼ਰਾ ਵੇਖੀਆਂ ਕਲਾਸਾਂ ਸਾਫ਼ ਹੋਈਆਂ ਸਹੀ ਤਰ੍ਹਾਂ ਕਿ ਨਹੀਂ ਹੋਈਆਂ, ਇਸ ਕਿਸਮ ਦੇ ਕੰਮ ਲੈਣੇ, ਮਤਲਬ ਕਿਉਂਕਿ ਮੈਂ ਜ਼ਿਆਦਾ ਕੋਈ ਬੋਲਣ ਵਾਲਾ ਨਹੀਂ ਸੀ, ਉਹ ਜਿਹੜੇ ਸਮਾਰਟ ਲੈਂਗੁਏਜ ਯੂਨੋ ਵੇ ਆਫ ਸੀਇੰਗ ਹੈ, ਦੋ ਚਾਰ ਬੜੇ ਇੱਕ ਕੈਨਵਸ ਨੂੰ ਬਣਾ ਕੇ ਉਹਦੇ 'ਚੋਂ ਐਵੇਂ ਸਟੋਰੀਆਂ ਕੱਢੀ ਜਾਂਦੀ, ਸਪਿਰਿਚੁਅਲਿਜ਼ਮ ਅਤੇ ਫਲਾਣਾ ਇਜ਼ਮ, ਉਹ ਮੈਂ ਉਸ ਕਿਸਮ ਦਾ ਨਹੀਂ ਸਾਂ, ਬਸ 27 ਸਾਲ ਪੜ੍ਹਾਇਆ, ਲੇਕਿਨ ਕੋਈ ਐਡਾ ਚੰਗਾ ਤਜਰਬਾ ਨਹੀਂ ਸੀਗਾ, ਉੱਥੇ ਜਿੰਨੇ ਵੀ ਹੈਗੇ ਨੇ ਨਾ ਉਹਨਾਂ ਨੂੰ, ਹੁਣ ਤਾਂ ਭਾਵੇਂ ਕੁਛ ਨਹੀਂ ਕਿਸੇ ਨੂੰ ਆਉਂਦਾ ਹੈਗਾ, 100 ਸਾਲ ਤੋਂ ਕਾਲਜ ਹੈਗਾ, ਸਟੇਟਸ ਸਿੰਬਲ ਬਣ ਗਿਆ ਲੱਗਦਾ। ਅੱਛਾ, ਖਾਲਿਦ ਇਕਬਾਲ ਸਾਹਿਬ ਨੇ, ਕੁਝ ਜਿਹੜੇ ਕ੍ਰਿਟਿਕ ਨੇ ਉਹ ਲਿਖਦੇ ਨੇ ਕਿ ਖਾਲਿਦ ਇਕਬਾਲ ਹੀ ਵਾਹਿਦ ਇੱਕ ਪੇਂਟਰ ਨੇ ਜਿਨ੍ਹਾਂ ਨੂੰ ਵੈਸਟਰਨ ਪੇਂਟਰ ਦੇ ਮੁਕਾਬਲੇ 'ਤੇ ਰੱਖਿਆ ਜਾ ਸਕਦਾ, ਕੀ ਉਹਨਾਂ ਦੀ ਸਿਗਨੀਫਿਕੈਂਸ ਹੈ ਪਾਕਿਸਤਾਨ ਦੀ ਪੇਂਟਿੰਗ 'ਚ? ਦੇਖੋ ਜੀ, ਮੇਰੇ ਉਸਤਾਦ ਨੇ, ਮੈਂ ਇਸ 'ਤੇ ਕੋਈ ਕਮੈਂਟ ਕਰਨਾ ਅੱਛਾ ਨਹੀਂ ਲੱਗਦਾ, ਮੇਰੇ ਉਸਤਾਦ ਨੇ, ਅੱਛੇ ਪੇਂਟਰ ਨੇ, ਉਹ ਹੋਰ ਗੱਲ ਹੈਗੀ ਹੈ, ਉਹ ਫਿਰ ਮੇਰੇ ਆਪਣੇ ਵਿਊਜ਼ ਨੇ ਪੇਂਟਿੰਗ ਦੇ ਹਵਾਲੇ ਨਾਲ, ਠੀਕ ਹੈ ਨਾ, ਇੱਕ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈਗੀ ਹੈ, ਉਹ ਗ੍ਰੇਟ ਟੀਚਰ ਸਨ, ਗ੍ਰੇਟ ਐਜ਼ ਅ ਪਰਸਨ ਸਨ, ਲੇਕਿਨ ਉਹ ਤਾਰੀਖ ਫੈਸਲਾ ਕਰੇਗੀ ਨਾ ਜੀ, ਬੰਦਾ ਆਪਣੀ ਪੇਂਟ 'ਤੇ ਕਰਦਾ ਰਹਿੰਦਾ, ਹੁਣ ਜ਼ਿੰਦਗੀ 'ਚ ਲੋਕਾਂ ਨੇ ਬੜਾ ਵੈਨਗੋਗ ਨੇ ਪੇਂਟ ਕੀਤਾ, ਗੋਗੈਨ ਨੇ ਪੇਂਟ ਕੀਤਾ, ਤਾਰੀਖ ਨੇ ਉਹ ਤਾਂ ਉਹ ਫੌਰੀ ਤੁਹਾਨੂੰ ਕੁਛ ਨਹੀਂ ਲੱਭਾ, ਜਾਂ ਕਈ ਸਾਲਾਂ ਬਾਅਦ ਜਾ ਕੇ ਉਹਨਾਂ ਨੇ ਕੀਤਾ ਤਕਰੀਰ, ਯਾਰ ਸੱਚੇ ਬੰਦੇ ਸਨ, ਸਭ ਕੁਝ ਛੱਡ ਕੇ ਚਲੇ ਗਏ, ਕੁਝ ਜੀਰੀਆਂ ਚਲਾ ਗਿਆ, ਕਿਸੇ ਨੇ ਕੁਛ ਕੀਤਾ, ਕੋਈ ਕੁਛ ਕੀਤਾ, ਅਜੇ ਫੈਸਲਾ ਕਰ ਰਿਹਾ ਜਲਦੀ ਹੈ ਜ਼ਰਾ, ਮੇਰਾ ਖਿਆਲ ਹੈ ਕਿ। ਅੱਛਾ, ਜ਼ਿਆਦਾਤਰ ਹੁਣ ਨੈਸ਼ਨਲ ਕਾਲਜ ਆਫ ਆਰਟਸ ਵਿੱਚ ਵੀ ਮਿਨੀਏਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ, ਔਰ ਮਿਨੀਏਚਰ ਵਿਕਦੀ ਵੀ, ਔਰ ਮਿਨੀਏਚਰ ਨੂੰ ਸਮਝਾਉਂਦਾ ਕਿ ਇਹ ਕੋਈ ਮਖਸੂਸ ਇਸ ਇਲਾਕੇ ਦੀ ਪੇਂਟਿੰਗ ਹੈ, ਤੁਸੀਂ ਕੀ ਸਮਝਦੇ ਹੋ? ਜੀ, ਮੈਂ ਤਾਂ ਬਿਲਕੁਲ ਨਹੀਂ ਚੰਗਾ ਲੱਗਦਾ, ਕਿਉਂਕਿ ਇਹ ਤਾਂ ਇੱਕ ਕਾਪੀ ਕਰਦੇ ਪਏ ਨੇ, ਕਾਪੀ ਕਰਨਾ ਕਿ ਇੱਕ ਮੁਗਲ ਨੂੰ ਕੋਈ 1000 ਦਫ਼ਾ ਕਾਪੀ ਹੋ ਚੁੱਕਿਆ, ਸ਼ਾਹਜਹਾਂ ਨੂੰ 1000, ਇਹ ਕੀ ਨਵੀਂ ਚੀਜ਼ ਕਰਨਾ ਚਾਹੁੰਦੇ ਨੇ? ਇਹ ਤਾਂ ਦੇਖੋ ਜੀ, ਗੱਲ ਇਹ ਵੇ ਕਿ ਮਾਰਕੀਟ ਕਮਾਂਡ ਕਰ ਰਹੀ ਆਰਟਿਸਟ ਨੂੰ ਇਸ ਵੇਲੇ, ਕਿ ਜੀ ਵਿਕਰੀ ਹੈ ਜਿਹੜੀ ਹਰ ਕੋਈ ਲਾ ਕੇ ਆ ਜਾਂਦਾ ਆਪਣਾ, ਜੀ ਇਹ ਵਿਕਰੀ ਹੈ ਮੇਚਰ, ਉਹ ਲਾ ਰਹੇ, ਉਹ ਆਪਣੀ ਉਹਨਾਂ ਦੀ ਕੋਈ ਸੋਚ ਨਹੀਂ ਹੈਗੀ, ਅਤੇ ਮੇਰਾ ਖਿਆਲ ਉਹ ਆਰਟਿਸਟ ਉਹ ਹੀ ਹੁੰਦਾ ਜਿਹੜਾ ਮਾਰਕੀਟ ਨੂੰ ਕਮਾਂਡ ਕਰੇ, ਬਸ ਇਸ ਲਈ ਇਹ ਹੋਇਆ, ਕੋਈ ਕੋਈ ਮੈਂ ਉਹਨੂੰ ਬਲੇਮ ਵੀ ਨਹੀਂ ਕਰਦਾ, ਦਾਲ ਰੋਟੀ ਕਮਾਉਣੀ ਹੈ, ਉਹਨਾਂ ਨੇ ਬਿਜਲੀ ਦਾ ਬਿੱਲ ਵੀ ਦੇਣਾ, ਆਪਣੇ ਬੀਵੀ ਬੱਚਿਆਂ ਨੂੰ ਵੀ ਪਾਲਣਾ ਹੈਗਾ, ਉਹ ਹਰ ਕੋਈ ਤਾਂ ਨਹੀਂ ਨਿਕਲ ਆਏਗਾ ਢੀਠ ਬਣ ਕੇ ਕਿ ਜੀ ਮੈਂ ਆਰਟ ਹੀ ਕਰਨਾ ਹੈ, ਪ੍ਰੈਸ਼ਰ ਹੁੰਦੇ ਨੇ, ਇਕਨੋਮਿਕ ਪ੍ਰੈਸ਼ਰ ਹੁੰਦੇ ਨੇ, 100 ਚੀਜ਼ਾਂ ਹੁੰਦੀਆਂ ਨੇ, ਅਤੇ ਕੋਈ ਚੰਗਾ ਜੋ ਜਿਸ ਤਰ੍ਹਾਂ ਦੇ ਵੀ ਕਰਦੇ ਪਏ ਨੇ, ਕੋਈ ਨਜਾਇਜ਼ ਨਹੀਂ ਕਰੇ, ਕਰਪਸ਼ਨ ਤਾਂ ਨਹੀਂ ਕਰਦੇ ਪਏ, ਕੋਈ
ਬੇਈਮਾਨੀ ਜਾਂ ਕਿਸੇ ਡਾਕੂ ਤੇ ਨਹੀਂ ਮਾਰ ਰਹੇ, ਆਰਟ ਹੀ ਕਰਦੇ ਪਏ ਨੇ, ਚਲੋ ਭੈੜਾ ਚੰਗਾ ਕਰਦੇ ਪਏ ਨੇ, ਉਹੋ ਹੀ ਪਾਸੇ ਲੱਗੇ ਨੇ ਨਾ ਜੀ। ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਦਾ ਪੇਂਟਰ ਕੈਟੇਗਰਾਈਜ਼ ਕਰੋਗੇ, ਰੀਅਲਿਸਟ ਜਾਂ ਐਕਸਪ੍ਰੈਸ਼ਨਿਸਟ ਜਾਂ ਪੋਸਟ ਮਾਡਰਨਿਸਟ ਜਾਂ ਕਿਸ ਤਰ੍ਹਾਂ? ਮੈਨੂੰ ਤੇ ਪਤਾ ਨਹੀਂ ਜੀ, ਮੈਂ ਤੇ ਕਰ ਰਿਹਾ ਪੇਂਟ, ਉਹ ਤੇ ਫੈਸਲੇ ਕਰਨਗੇ। ਤੇ ਕਹਿੰਦੇ ਇਹਦੇ ਚ ਜਿਹੜੇ ਤਾਰੀਖ ਵੇਖੋ ਤੁਸੀਂ, ਮੀਡੀਆ ਨੇ ਬੜਾ ਰੋਲ, ਜਿਹਨੂੰ ਮਰਜ਼ੀ ਲੈ ਜਾਂਦੇ ਨੇ ਉੱਤੇ, ਜਿਹਨੂੰ ਮਰਜ਼ੀ ਥੱਲੇ ਲੈ ਜਾਂਦੇ ਨੇ, ਉਹਨੂੰ ਐਕਸਪ੍ਰੈਸ਼ਨਿਸਟ ਬਣਾ ਦੇਣ, ਉਹਨੂੰ ਵਿਚਾਰੇ ਨੂੰ ਪਤਾ ਵੀ ਨਹੀਂ ਹੁੰਦਾ। ਉਹ ਜਿਸ ਤਰ੍ਹਾਂ ਵੇ ਆਫ ਸੀਇੰਗ ਕਿਤਾਬ ਹੈਗੀ ਵੈਨ ਗੋਫ ਦੀ, ਕਿ ਜੇ ਟ੍ਰਾਇੰਗਲ ਇੰਜ ਬਣਿਆ, ਇੰਜ ਕੰਪੋਜੀਸ਼ਨ ਇੱਧਰੋਂ ਇੰਜ ਗਈ, ਉਹ ਉਸ ਵੇਲੇ ਪੇਂਟ ਕਰਦਾ ਸੋਚਦਾ ਸੀ ਕਿ ਮੈਂ ਟ੍ਰਾਇੰਗਲ ਇੰਜ ਲਾਈਨ ਲਾਵਾਂ ਅਤੇ ਅੱਜ ਕੰਪੋਜੀਸ਼ਨ ਬਣੇਗੀ। ਇੱਕ ਉਹ ਇੱਕ ਸਪੋਨਟੇਨੀਅਸ ਪੇਂਟ ਕਰੀ ਜਾ ਰਿਹਾ, ਜਨੂੰਨ ਹੈਗਾ ਇੱਕ ਬੰਦੇ ਦੇ ਅੰਦਰ, ਜੋ ਦਿੰਦਾ ਨਾ ਕਰੇ, ਬਾਅਦ ਜੋ ਮਰਜ਼ੀ ਕਰੀ ਜਾਣ, ਉਹਨਾਂ ਨੇ ਵੀ ਰੋਟੀ ਕਮਾਉਣੀ ਆ। ਆਰਟ ਕ੍ਰਿਟਿਕਸ ਨੇ ਵੀ ਕਿ ਇਹ ਲਿਖੋ ਜੀ, ਇਹਦੇ ਬਾਰੇ 'ਚ ਇਹ ਲਿਖੋ, ਲੇਕਿਨ ਉਹਦੇ ਜਿਸੇ ਉਹ ਪੇਂਟ ਕਰ ਰਹੇ ਸੀ ਉਸੇ ਤੇ ਨਹੀਂ ਉਹਨੇ ਕਿਹਾ ਕਿ ਵੀ ਇਹ ਟ੍ਰਾਇੰਗਲ ਕੰਪੋਜੀਸ਼ਨ ਹੋਣੀ ਚਾਹੀਦੀ, ਇੱਧਰੋਂ ਇੰਜ ਲਾਈਨ ਇਹਦੇ ਨਾਲ ਮਿਲੇ, ਇੱਧਰੋਂ ਐਂਟਰ ਹੋਵੇ, ਇੱਧਰੋਂ ਹੋਵੇ, ਇਹਦੇ ਸਾਰਾ ਵੇਚਣ ਵਾਲੀ ਚੀਜ਼ਾਂ ਨੇ ਕਿਤਾਬਾਂ। ਮੇਰਾ ਨਹੀਂ ਖਿਆਲ, ਉਹ ਮੈਂ ਅੱਗੇ ਵੀ ਦੱਸਿਆ ਜੀ, ਤਾਰੀਖ ਫੈਸਲਾ ਕਰਦੀ ਹੈ, ਜਿਸ ਤਰ੍ਹਾਂ ਮੈਂ ਮੌਕਾ ਮਿਲਿਆ ਬਾਹਰ ਜਾਣ ਦਾ, ਚਾਰ ਦੋ ਚਾਰ ਦਾ ਵਗਿਆ ਵਾਂ, ਲੂਕ ਗਿਆ, ਇੱਧਰ ਉੱਧਰ ਮਿਊਜ਼ੀਅਮ ਵੇਖੇ ਨੇ, ਕਿਆ ਲੋਕਾਂ ਨੇ ਪੇਂਟ ਕੀਤਾ ਜੀ, ਕਿਆ ਬਾਤ ਹੈ, ਅਸੀਂ ਤਾਂ ਵਜਾ ਹੀ ਪਿੱਛੇ। ਹੁਣ ਜਿੱਥੋਂ ਨਾ ਹੁਣ ਦੇਖੋ, ਬੁਰਸ਼ ਨਹੀਂ ਮਿਲਦੇ ਇੱਥੇ, ਮਾਮੂਲੀ ਚੀਜ਼ ਹੈ, ਉਹ ਬੈਨ ਕਰਤੇ ਨੇ ਹੌਗ ਹੇਅਰ ਦੀ ਵਜ੍ਹਾ ਨਾਲ ਮੌਲਵੀਆਂ ਨੇ। ਅੱਛਾ ਜੀ, ਮੇਰਾ ਇੱਕ ਸਵਾਲ, ਜਿਹੜਾ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ ਨਾ ਕਿ ਤੁਹਾਨੂੰ ਕਹਿੰਦੇ ਨੇ ਕਿ ਜੀ ਤੁਸੀਂ ਜਿਹੜੀ ਅੱਖਾਂ ਦੇ ਵਿੱਚ ਉਦਾਸੀ ਹੈ ਉਹਨੂੰ ਪੋਰਟਰੇ ਕਰਦੇ ਹੈਗੇ ਹੋ, ਇਹ ਤੁਹਾਨੂੰ ਉਦਾਸੀ ਕਿਵੇਂ ਲੱਗਦੀ ਹੈਗੀ ਹੈ? ਮੈਂ ਤਾਂ ਇਹਨੂੰ ਇੱਕ ਚੰਗੀ ਪੋਜ਼ਿਟਿਵ ਮਤਲਬ ਫੋਰਸ ਸਮਝਦਾ ਹੈਗਾ, ਇਹ ਤੁਹਾਨੂੰ ਕਿਵੇਂ ਲੱਗਦੀ ਹੈ? ਤੁਸੀਂ ਕਿਸ ਤਰ੍ਹਾਂ ਨੂੰ ਕੰਸੀਵ ਕਰਦੇ ਹੋ ਜਿਹੜੀ ਉਦਾਸੀ ਹੈ? ਮਤਲਬ ਮੈਂ ਇੱਕ ਸ਼ਾਇਰ ਦੇ ਤੌਰ ਦੇ ਉੱਤੇ ਮੈਂ ਸਮਝ ਸਕਦਾ ਹੈਗਾ ਕਿ ਉਦਾਸੀ ਮੈਲਨਕਲੀ ਜਿਹੜੀ ਹੈ ਉਹ ਇੱਕ ਆਰਟਿਸਟ ਜਿਸ ਤਰ੍ਹਾਂ ਉਹਨੂੰ ਕੰਸੀਵ ਕਰਦਾ ਹੈਗਾ, ਉਹਦੇ ਤੋਂ ਵੱਡਾ ਆਰਟ ਪੈਦਾ ਹੋਇਆ ਹੈਗਾ, ਸਾਰੀ ਦੁਨੀਆਂ 'ਚ ਹੋਇਆ ਹੈਗਾ, ਤੁਸੀਂ ਇਹਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਜਿਸ ਲਈ ਮੈਂ ਪੇਂਟ ਕਰਨਾ, ਮਾਡਲ ਆਉਂਦੀ ਹੈ ਸਾਰੀ, ਲਾਈਫ ਮਾਡਲ ਹੈ ਸਾਰੀਆਂ, ਔਰ ਮੈਂ ਕਦੀ ਕੋਸ਼ਿਸ਼ ਹੀ ਨਹੀਂ ਕੀਤਾ ਕਿ ਵੀ ਮੈਂ ਉਦਾਸੀ, ਇਹ ਤਾਂ ਫਿਰ ਉਹ ਤਾਂ ਝੂਠ ਹੋ ਗਿਆ ਨਾ ਕਿ ਉਹਦੇ 'ਚ ਅੱਖ ਮੈਂ ਇੰਜ ਬਣਾਵਾਂ ਅਤੇ ਇੰਜ ਮੂੰਹ ਖੁੱਲ੍ਹਾ ਹੋਵੇ, ਨਹੀਂ। ਜਿਸ ਲਈ ਬਹਿੰਦੀ ਹੈ ਨਾ ਜੀ, ਉਹਨੂੰ ਮੈਂ ਪੁੱਛਣਾ, ਅੱਛਾ, ਕਿਉਂਕਿ ਮਾਡਲਿੰਗ ਕਰਨਾ ਕੋਈ ਆਸਾਨ ਬੋਰਿੰਗ ਜਿਹੀ ਚੀਜ਼ ਹੈ, ਚੁੱਪ ਕਰੇ ਬੈਠੇ ਰਹਿਣਾ, ਅਤੇ ਮੈਂ ਕਹਿੰਦਾ ਅੱਛਾ ਚੱਲ ਕਿੱਥੋਂ ਸੁਣਾ, ਅੱਜ ਕੱਲ੍ਹ ਕੀ ਹੋ ਰਿਹਾ, ਫਲਾਣਾ ਹੋ ਰਿਹਾ, ਫਲਾਣਾ ਹੋ ਰਿਹਾ ਸਰ, ਉਹ ਜ਼ਿਆਦਾਤਰ ਮੈਂ 98-99% ਰੋ ਪੈਂਦੀਆਂ ਨੇ, ਰੋ ਪੈਂਦੀਆਂ ਨੇ ਕਿ ਕੁਝ, ਕਿਉਂਕਿ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਨਾ ਇਸ ਤਰ੍ਹਾਂ, ਕਿ ਰਿਸਪੈਕਟ ਨਹੀਂ ਦਿੰਦਾ ਨਾ ਉਹ, ਜਿਹੜਾ ਵੀ ਇੱਕ ਐਂਟਰਟੇਨਰ ਆਇਆ ਉਹਨੇ ਆਪਣੇ ਕੰਮ ਕੀਤਾ ਦੇ ਵੇਲੇ, ਨਾ ਉਹਦੇ ਘਰ ਦੇ ਸੁਣਨਾ ਚਾਹੁੰਦੇ ਨੇ, ਠੀਕ ਹੈ, ਅਤੇ ਉਹ ਫਿਰ ਇੱਕ ਬਸ ਉਹ ਅਨਕੌਂਸ਼ੀਅਸ ਦੀ ਐਸਾ ਹੁੰਦਾ, ਮਹੀਨਾ ਦੀ ਬਹਿੰਦੀ ਆ ਕੇ, ਕੋਈ ਤਸਵੀਰਾਂ ਐਸੀਆਂ ਜੇ ਸਾਲ ਸਾਲ ਕੋਈ ਕੱਪੜੇ ਆ ਬਦਲ ਗਏ, ਕਿਤੇ ਕਿਤੇ ਚਲੀ ਗਈ, ਫਿਰ ਆ ਗਈ, ਉਹ ਇੱਕ ਜਵਾਨੀ ਜੋ ਮੈਂ ਜਿਹਨੂੰ ਪੇਂਟ ਕੀਤਾ ਉਹ 20-15 ਸਾਲ ਬਾਅਦ ਮੁਖਤਲਿਫ ਬਿਲਕੁਲ ਹੀ ਹੋ ਗਈ, ਬੁਢਾਪਾ ਹੋ ਗਿਆ, ਅਤੇ ਉਹ ਫਿਰ ਇੱਕ ਤੀਸਰੀ ਜਿਹੜੀ ਮਰਜ ਹੁੰਦੀ ਹੈ, ਕਿਉਂਕਿ ਮੈਂ ਵੀ ਉੱਥੋਂ ਹੀ ਹਾਂ, ਮੈਂ ਵੀ ਦੁੱਖ ਦੇਖੇ ਨੇ ਸਭ, ਬਚਪਨ ਸੀ, ਫੈਮਿਲੀ ਵੇਖੀ ਹੈ, ਮਤਲਬ ਉਹਦੀ ਜਵਾਨੀ ਔਰ ਉਸ ਤੋਂ ਬਾਅਦ ਉਹੀ ਔਰਤ ਹੈਗੀ ਹੈ ਉਹ, ਜਦੋਂ ਉਹ ਤੀਸਰੀ ਔਰਤ ਦਾ ਰੂਪ ਜਿਹੜਾ ਜੋ ਤੁਸੀਂ ਵੇਖਦੇ ਹੋ। ਅੱਛਾ, ਉਹ ਮਤਲਬ ਮੈਂ ਵੀ ਉਹਨੂੰ ਵੇਖ ਰਿਹਾ, ਵੀ ਪੇਂਟ ਕਰ ਰਿਹਾ, ਉਹ ਤੀਸਰੀ ਜਿਹੜੀ ਪਰਸਨੈਲਿਟੀ ਉਹ ਮਰਜ ਹੋ ਜਾਂਦੀ ਕੈਨਵਸ ਤੇ ਆ ਕੇ ਦੋਵਾਂ ਦੀ ਮਿਲ ਕੇ, ਦੋਵਾਂ ਦੀ ਉਦਾਸੀ ਛਾਪ ਰਹੀ ਗੱਲ, ਤੁਸੀਂ ਉਹ ਸਾਰੀ ਚੀਜ਼ ਦੇ ਵਿਟਨੈਸ ਹੈਗੇ ਹੋ, ਤੁਸੀਂ ਉਹ ਸਾਰੀ ਉਹਨੂੰ ਦੇਖ ਰਹੇ ਹੋ, ਤੁਸੀਂ ਉਹਨੂੰ ਕਰ ਰਹੇ ਹੋ ਪੇਂਟ, ਪਹਿਲਾ ਚੰਗਾ ਜਿਸ ਤਰ੍ਹਾਂ ਦਾ ਵੀ ਹੈ, ਇੱਕ ਸੱਚਾਈ ਪੇਂਟ ਕਰ ਰਹੇ ਹਾਂ, ਔਰ ਜਿਸ ਲਈ ਉਹ ਵਿਚਾਰੀਆਂ ਅਕਸਰ ਹੋ ਪੈਂਦੀਆਂ ਨੇ, ਕਈ ਇੰਤਜ਼ਾਬ ਛੁੱਟੇ ਜਾਂਦੇ ਨੇ। ਅੱਛਾ, ਇਹ ਮੇਰੀ ਕਿਤਾਬ ਜੀ, ਮੈਂ ਰੱਖੀ ਹੈ ਜੀ ਕਿਤਾਬ ਮੇਰੀ ਛੱਪੀ, ਜਿਹੜੇ ਜੋ ਵੀ ਅੰਦਰ ਕਰਾਂ ਮੈਂ, ਜੋ ਵੀ ਆਪਣੇ ਥੋੜ੍ਹੇ ਤੋਂ ਵਿਚਾਰਿਆਂ ਨੂੰ ਸਰਵ ਦੇ ਦਿੰਦੇ ਨੇ, ਸਕੋਲਰਸ਼ਿਪ ਲਾਏ ਨੇ, ਮਹੀਨੇ ਲਾਏ ਨੇ, ਮੇਰੀ ਲਾਭ ਜ਼ਿੰਦਗੀ ਜੋ ਵੀ ਵਿਕਦਾ ਮੇਰਾ,
ਉਹਨਾਂ ਦੇਈ ਜਾਂਦਾ ਵਾ, ਲੇਕਿਨ ਕੱਤਕ ਵੀ ਵੇਖੋ ਨਾ, ਮੈਂ ਇਕੱਲਾ ਕੱਤਰ ਲੱਗਾ ਆ, ਚਲੋ ਤੁਸੀਂ ਮੀਡੀਆ ਆਏ ਕੋਈ ਇੱਧਰ ਆ ਗਏ, ਹੁੰਦਾ ਨਾ ਜੀ ਫਾਈਲ ਫਿਰ ਬੰਦ ਹੋ ਗਈ ਜੀ, ਕਈ ਇੰਟਰਵਿਊ ਲੈਂਦੇ ਨੇ ਆ ਕੇ ਥੀਸਿਸ ਕਰਦੇ ਨੇ ਫਲਾਣਾ ਹੋ ਗਿਆ, ਉਸ ਤੋਂ ਬਾਅਦ ਕੀ ਹੈ, ਮੈਂ ਚਲੋ ਕੋਈ ਗੱਲ ਨਹੀਂ ਲੱਗੇ ਰਹਿੰਦੇ ਕਿਸੇ ਪਾਸੇ ਤੇ ਪੈਂਦਾ ਹੀ ਪਿਆ ਨਾ ਸ਼ੋਰ। ਹੁਣ ਇੱਥੇ ਇੱਕ ਤਸਵੀਰ ਹੈਗੀ ਇਹ ਵਾਲੀ ਲੇਡੀ ਔਰਤ, ਇਹਦੀ ਬੜੀ ਇੱਕ ਇਹਦੀ ਹੋਰ ਵੀ ਸੀ ਇੱਕ, ਮਤਲਬ ਬੇਸ਼ੁਮਾਰ ਸਟੋਰੀਆਂ ਨੇ ਜੀ, ਬੇਸ਼ੁਮਾਰ ਸਟੋਰੀ ਇੱਕ ਨੇ ਇੱਕ ਸਭ ਦੇ। ਤੁਸੀਂ ਕਦੀ ਸੋਚਿਆ ਕਿ ਇਹ ਜਿਹੜੀਆਂ ਕਹਾਣੀਆਂ ਤੁਸੀਂ ਮਾਡਲ ਦੀਆਂ ਜਿਹੜੀਆਂ ਕਹਾਣੀਆਂ ਸੁਣਦੇ ਹੋ, ਜਿਹੜੀਆਂ ਮਾਡਲਸ ਇੱਥੇ ਆਉਂਦੀਆਂ ਨੇ ਤੁਹਾਡੇ ਕੋਲ ਜਿਹਨਾਂ ਨੂੰ ਤੁਸੀਂ ਪੇਂਟ ਕਰਦੇ ਹੋ, ਉਹਨਾਂ ਦੀਆਂ ਕਹਾਣੀਆਂ ਤੁਸੀਂ ਕਦੀ ਲਿਖਣ ਦੀ ਦਾ ਬਾਰੇ ਸੋਚਿਆ? ਮੇਰੀ ਇੰਨੀਆਂ ਕਹਾਣੀਆਂ, ਇੰਨੀਆਂ ਕਹਾਣੀਆਂ ਇਹ ਤਾਂ ਤੁਹਾਨੂੰ ਲਿਖਣੀਆਂ ਚਾਹੀਦੀਆਂ, ਉਹ ਤਾਂ ਕਹਾਣੀਆਂ ਦੀ ਇੱਕ ਮਤਲਬ ਆਪਣੀ ਇੱਕ। ਗੱਲ ਤੁਹਾਡੀ ਠੀਕ ਹੈਗੀ, ਪਰ ਮੈਂ ਕੋਈ ਇੰਨਾ ਚੰਗਾ ਲਿਖਾਰੀ ਨਹੀਂ ਹੈਗਾ, ਮੈਂ ਕੋਈ ਲਿਖਣਾ ਨਹੀਂ ਮੈਨੂੰ ਆਉਂਦਾ, ਲੇਕਿਨ ਐਸੀ ਐਸੀ ਦਰਦਨਾਕ ਕਹਾਣੀ ਹੈਗੀਆਂ ਨੇ ਕਿ ਮੈਂ ਚਾਰ ਪੰਜ ਤਾਂ ਮੈਨੂੰ ਪਤਾ ਹੈ ਨਾ, ਜਿਹਦੇ ਤੋਂ ਪੇਂਟ ਕਰ ਰਹੇ ਯਾਰ, ਸਾਰਾ ਪਤਾ, MNAs MPA ਕੀ ਕਰਦੇ ਰਹੇ ਨੇ ਨਾਲ, ਉਹ ਸਾਰਾ ਦੱਸਦੀਆਂ ਨੇ ਕਿ ਸਾਡੇ ਨਾਲ ਲਿਆ ਹੋਇਆ ਇਲੈਕਸ਼ਨ 'ਚ ਕਿਵੇਂ ਸਾਨੂੰ ਇਸਤੇਮਾਲ ਕਰਦੇ ਨੇ, ਉਹ ਬੜੀ ਸਿਰਫ ਉਹਦੀ ਵਜ੍ਹਾ ਕਿ ਸਿਰਫ ਸੱਚ ਮੈਨੂੰ ਦੱਸਣਗੇ, ਤੁਹਾਨੂੰ ਕਦੀ ਨਹੀਂ ਬੋਲਣਗੇ, ਕਿਉਂਕਿ ਮੈਂ ਹੁੰਦਾ ਨਾ ਇੱਕ ਉੱਥੋਂ ਦਾ ਪਰਿੰਦਾ ਹੋਵੇ ਤਾਂ ਉਹਨਾਂ ਨਾਲ ਬੰਦਾ ਗੱਲਬਾਤ, ਦੂਜਾ ਪਰਿੰਦਾ ਹੋਇਆ ਉਹਨੇ ਕਰੀ ਗੱਲ, ਕਦੀ ਵੀ ਨਹੀਂ ਦੱਸਣਗੇ, ਭਾਵੇਂ ਤੁਸੀਂ ਕਰੋੜ ਰੁਪਏ ਦਿਓ, ਕਦੀ ਨਹੀਂ ਦਿਲ ਦੀ ਗੱਲ ਦੱਸਣਗੇ। ਮੈਂ ਤਾਂ ਇੰਨੇ ਅੰਦਰ ਪਤਾ ਨਹੀਂ ਕੀ ਕੁਛ ਭਰਿਆ ਪਿਆ ਮੇਰੇ ਅੰਦਰ। ਤੁਸੀਂ ਉੱਥੇ ਦਾ ਜਿਹੜਾ ਪੁਰਾਣਾ ਮਿਊਜ਼ਿਕ ਕਲਚਰ ਹੈ ਉਹਨੂੰ ਕਿਉਂ ਨਹੀਂ ਪੇਂਟ ਕਰਦੇ? ਉਹ ਜੀ ਮੈਂ ਹੁਣ ਬੇ ਕੀ ਜ਼ਿੰਮੇਵਾਰੀ ਪੇਂਟ ਕਰਾਂ ਜੀ, ਬਾਕੀ ਮੁਸਾਫਰਾਂ ਦਾ ਵੀ ਹੱਕ ਹੈਗਾ, ਹੁਣ ਮੈਂ ਦੇਣਾ ਹੈਗਾ, ਉਹ ਮਿਊਜ਼ਿਕ ਵਾਲੇ ਬਾਕੀ ਕਰ ਲੈਣ। ਕ੍ਰਮ ਨੂੰ ਚਾਹੀਦਾ ਹੈ। ਪੁਰਾਣੇ ਪੁਰਾਣੇ ਕਿਹੜੇ ਉਸਤਾਦਾਂ ਨੂੰ ਤੁਸੀਂ ਇੱਥੇ ਸੁਣਿਆ? ਬਈ ਜੀ ਮੇਰਾ ਬੜਾ ਦੋਸਤ ਸੀ ਮਾਨਤ ਅਲੀ ਖਾਂ, ਮੇਰੇ ਮਾਂ ਬੜੀ ਅੱਛੀ ਗਾਉਂਦੀ ਸੀ ਪਟਿਆਲੇ ਦੇ, ਸਾਨੂੰ ਅਸੀਂ ਉੱਥੇ ਮਹਾਰਾਜਾ ਦੇ ਉਹ ਅਸੀਂ ਭੁਪਿੰਦਰ ਸਿੰਘ ਸੀ ਉਹਦਾ, ਉਹ ਬੜੀ ਸਟੋਰੀ ਮੈਨੂੰ ਹੋ ਗਈ ਉਹਦੇ 'ਚ ਕਿਵੇਂ ਅਸੀਂ ਆਏ ਨਿਕਲੇ ਇੱਥੋਂ ਆਏ, ਫਿਰ ਸਾਨੂੰ ਕਲੇ ਮੇਰੇ ਮਾਮੇ ਦਾ ਪੁੱਤਰ ਰਿਹਾ ਕਰਾਚੀ 'ਚ, ਉਹ 85 ਸਾਲ ਦਾ, ਉਹਨੂੰ ਸਾਰਾ ਪਤਾ ਹੈ, ਉਹ ਅੱਗੇ ਕੋਈ ਸਾਡੀ ਮੇਰੀ ਮਾਸੀਆਂ ਸਨ ਸਭ ਫੌਤ ਹੋ ਗਈਆਂ, ਪਰ ਮੈਨੂੰ ਜਿਹੜਾ ਕੁਛ ਹੈਗਾ ਨਾ, ਮੈਂ ਹੀ ਰਹਿ ਗਿਆ ਇੱਥੇ ਜਿਹੜਾ ਇੰਨੇ ਸਾਲਾਂ ਜੰਮ ਪਲ ਇੱਥੇ ਹੋਈ ਅਤੇ ਸਾਰਾ ਜਾਣਨਾ ਵਾ, ਉਹ ਮੇਰੇ ਬਾਅਦ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਕੀ ਹੋਇਆ ਕੀ ਨਹੀਂ ਹੋਇਆ। ਤੁਹਾਡੀ ਗੱਲ ਸਹੀ ਹੈ ਕਿਸੇ ਵੇਲੇ ਕਿ ਲਿਖਣਾ ਚਾਹੀਦਾ, ਉਹ ਫਿਰ ਕਦੀ ਕਦੀ ਲਿਖਾਂਗਾ ਮੈਂ, ਜਿਹੜੇ ਬਾਹਰੋਂ ਆਏ ਨੇ ਨਾ ਆਊਟਸਾਈਡਰ ਆਏ ਨੇ ਜਿਹੜੇ, ਉਹਨੂੰ ਇਹ ਤਾਂ ਭਾਵੇਂ ਆਫ ਦੀ ਰਿਕਾਰਡ ਕਰ ਲਓ, ਜਿਵੇਂ ਤੁਸੀਂ ਉਹ ਜਿਸ ਤਰ੍ਹਾਂ ਸਾਦਤ ਹਸਨ ਮੰਟੋ, ਠੀਕ ਹੈ, ਉਸ ਬਾਜ਼ਾਰ ਮੇਂ ਸ਼ੋਰਜ ਕਸ਼ਮੀਰੀ, ਇਹ ਆਊਟਸਾਈਡਰ ਸਨ, ਠੀਕ ਹੈ ਨਾ ਜੀ, ਇੱਕ ਇਨਸਾਈਡਰ ਜਿਹੜਾ ਲਿਖੇ ਗਏ ਹੈਗੇ ਨਾ, ਉਹਨਾਂ ਦੀ ਇੱਕ ਸਤਾਈ ਤੌਰ 'ਤੇ ਦੇਖਿਆ ਨਾ ਜ਼ਿੰਦਗੀ ਇਹਨਾਂ ਦੀ, ਥੋੜ੍ਹੇ ਜਿਹਾ ਜੀ ਕਾਲੀ ਛਲਵਾ ਲਿਖਤੀ ਫਲਾਣਾ ਲਿਖੇ, ਉਹਨੇ ਇੰਜ ਗਿਆ, ਲੇਕਿਨ ਇਹਨਾਂ ਦੀ ਐਸੀ ਸੀ, ਤੁਸੀਂ ਸੁਬਹ ਤੋਂ ਸ਼ਾਮ ਤੀਕਰ ਸਟੋਰੀਆਂ ਸਟੋਰੀਆਂ ਨੇ, ਮੈਂ ਕਹਿੰਦਾ ਜਿੱਧਰ ਵੀ ਜਾਵਾਂ ਹਰ ਬੰਦਾ ਇਹੀ ਹੈ ਕਿ ਮੇਰੇ ਕੋਲ ਜੋ ਪੇਂਟ ਹੀ ਕਰ ਲਵਾਂਗਾ ਅਤੇ ਲਿਖਿਆਂਗਾ, ਅਤੇ ਫਿਰ ਕਦੀ ਸਹੀ ਜਦੋਂ ਮੈਂ ਰਹਿ ਜਾਵਾਂਗਾ ਪੇਂਟਿੰਗ ਵਾਲਾ, ਫਿਰ ਲਿਖ ਲਵਾਂਗਾ ਮੈਂ, ਅੱਗੇ ਕੁਛ ਨਹੀਂ ਕਰਾਉਣਾ ਹੋਇਆ, ਲੇਕਿਨ ਇਸ ਤੋਂ ਪਹਿਲਾਂ ਕਿ ਮੈਮਰੀ ਖਤਮ ਹੋ ਜਾਏ, ਬੜੀਆਂ ਤਕਲੀਫ ਅਤੇ ਕਹਾਣੀਆਂ ਨੇ ਇਹਨਾਂ ਦੀਆਂ, ਉਫ ਤੌਬਾ ਤੌਬਾ, ਬਰਦਾਸ਼ਤ ਇਹਨਾਂ ਦੇ ਕੰਮ ਹੈ, ਫਿਰ ਜਿਹੜੇ ਵੇਖਣਾ ਉਹਨਾਂ ਨੂੰ ਮੈਂ, ਕਈ ਮੇਰੇ ਸਾਹਮਣੇ ਦਿਮਾਗੀ ਤਵਾਜ਼ਨ ਖੋ ਬੈਠੀਆਂ, ਤਨਹਾਈ ਦਾ ਸ਼ਿਕਾਰ ਹੋ ਗਈਆਂ, ਉਹ ਜਵਾਨੀ ਦੇ ਘਰ ਹੁੰਦਾ ਇਹਨਾਂ ਦਾ, ਬਸ 7-8 ਸਾਲ ਹੀ ਹੁੰਦਾ ਬਸ ਇਹਨਾਂ ਦਾ, ਖਤਮ, ਪੁੱਛਦਾ ਹੀ ਕੋਈ ਨਹੀਂ, ਫਿਰ ਬਹੁਤ ਹੀ ਬਹੁਤ ਜ਼ਿਆਦਾ ਪੈਸੇ ਦਵਾਉਣ ਦੇ ਪਵੇ, ਬਹੁਤ ਬਹੁਤ ਬੁਰਾ ਹਾਲ ਹੈ, ਮੈਂ ਕੀ ਕਰਾਂ, ਮਤਲਬ ਇੱਕ ਪੇਂਟਿੰਗ 5-5 ਮਹੀਨੇ ਲੈ ਜਾਂਦੀ ਹੈ, ਕਦ ਤੱਕ ਮੈਂ ਵੀ ਸਮਝਣਾ, ਮੈਨੂੰ ਲੱਗਦਾ 5-6 ਸਾਲ ਹੈਗੇ ਨੇ ਹੋਰ ਮੇਰੇ ਕੋਲ, ਤਾਂ ਜਿੰਨਾ ਕੁ ਮੈਂ ਕਰ ਲਵਾਂ ਤਾਂ ਬਿਹਤਰ ਹੀ ਹੈ। ਚੰਗਾ ਜੀ, ਬਹੁਤ ਬਹੁਤ
ਤੁਹਾਡਾ ਸ਼ੁਕਰੀਆ, ਬੜਾ ਤੁਸੀਂ ਸਾਨੂੰ ਟਾਈਮ ਦਿੱਤਾ ਅੱਜ, ਥੈਂਕ ਯੂ।